ਅੰਮ੍ਰਿਤਸਰ ਪੁਲਿਸ ਨੇ ਵੇਰਕਾ ਇਲਾਕੇ 'ਚ ਇੱਕ ਮਹਿਲਾ ਦੇ ਘਰ ਹੋਏ ਲੱਖਾਂ ਦੀ ਲੁੱਟ ਦੀ ਵਾਰਦਾਤ ਨੂੰ ਹੱਲ ਕਰਨ 'ਚ ਦਾਵਾ ਕੀਤਾ ਹੈ। ਇਸ ਮਾਮਲੇ 'ਚ ਪੁਲਿਸ ਨੇ ਇੱਕ ਆਰੋਪੀ ਨੂੰ ਗ੍ਰਿਫਤਾਰ ਕੀਤਾ ਹੈ ਜਿਸਨੇ ਕਿ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਮਾਮਲੇ 'ਚ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਇੱਕ ਪ੍ਰੈਸ ਵਾਰਤਾ ਕੀਤੀ, ਉੱਥੇ ਇਸ ਮਾਮਲੇ 'ਚ ਮਹਿਲਾ ਦੀ ਹਾਲਤ ਹਜੇ ਤੱਕ ਨਾਜ਼ੁਕ ਬਣੀ ਹੋਈ ਹੈ। 15 ਤਰੀਕ 9ਵੇਂ ਮਹੀਨੇ ਦੇ ਵਿੱਚ ਵੇਰਕਾ ਇਲਾਕੇ ਦੇ ਵਿੱਚ ਅਮਰਜੀਤ ਕੌਰ ਇੱਕ ਲੇਡੀ ਨੂੰ ਇੰਜਰਡ ਕਰ ਗਏ ਸੀਗੇ ਉਹਨਾਂ ਦੇ ਘਰ ਦੇ ਵਿੱਚ, ਜਿਨ੍ਹਾਂ ਦੇ ਕਾਫੀ ਗੰਭੀਰ ਸੱਟਾਂ ਗਲੇ 'ਤੇ ਲੱਗੀਆਂ ਸੀਗੀਆਂ। ACP ਈਸਟ SHO ਵੇਰਕਾ ਦੇ ਅੰਡਰ ਇਹ ਟੀਮ ਬਣਾਈ ਗਈ, ਜਿਹੜੇ ਉਹ ਵਿਅਕਤੀ ਨੂੰ ਟਰੇਸ ਕੀਤਾ ਗਿਆ ਜਿਹਨੇ ਇੰਜਰਡ ਕੀਤਾ ਸੀਗਾ। ਇਹ ਤਰਸੇਮ ਸਿੰਘ ਨਾਮ ਦਾ ਵਿਅਕਤੀ ਜਿਹਨੂੰ ਅਰੈਸਟ ਕਰ ਲਿਆ ਗਿਆ, ਜਿਸ ਕੋਲੋਂ ਲੁੱਟ ਕੀਤੀ ਹੋਏ ਕੰਨਾਂ ਦੀਆਂ ਵਾਲੀਆਂ, ਕੋਕਾ ਅਤੇ ਮੁੰਦਰੀ ਬਰਾਮਦ ਕਰ ਲਈ ਗਈ। ਇਹ ਤਰਸੇਮ ਸਿੰਘ ਆਲਰੇਡੀ ਇਸ ਲੇਡੀ ਦੇ ਘਰ 'ਚ ਆਉਂਦਾ ਜਾਂਦਾ ਸੀਗਾ, ਕਿਉਂਕਿ ਉਹਦਾ ਵੱਡਾ ਭਰਾ ਬਲਦੇਵ ਸਿੰਘ ਜੋ ਇਹਦੇ ਕੋਲ ਪਹਿਲਾਂ ਕਿਰਾਏ 'ਤੇ ਰਹਿੰਦਾ ਰਿਹਾ ਉਹਨੂੰ ਮਿਲਣ ਲਈ ਆਉਂਦਾ ਸੀ, ਅਤੇ ਲੇਡੀ ਵੀ ਉਹਨੂੰ ਪਛਾਣਦੀ ਸੀ ਅਤੇ ਇਹ ਵੀ ਤਰਸੇਮ ਸਿੰਘ ਵੀ ਉਹਨੂੰ ਪਛਾਣਦਾ ਸੀ। ਉਹਨੂੰ ਪਤਾ ਸੀ ਵੀ ਇਹ ਲੇਡੀ ਘਰ ਦੇ ਵਿੱਚ ਇਕੱਲੀ ਰਹਿੰਦੀ ਹੈ, ਉਹਦੇ ਹਸਬੈਂਡ ਦੀ ਡੈਥ ਹੋ ਚੁੱਕੀ ਹੈ ਅਤੇ ਬੱਚੇ ਵੀ ਉਹਦੇ ਨਾਲ ਨਹੀਂ ਰਹਿੰਦੇ, ਉਹ ਅਲੱਗ ਰਹਿੰਦੇ ਨੇ। ਤਾਂ ਉਸਨੇ ਇਸ ਚੀਜ਼ ਦਾ ਮੌਕੇ ਦਾ ਫਾਇਦਾ ਉਠਾਉਂਦਾ ਹੋਇਆ ਉੱਥੇ ਘਰ ਦੇ ਵਿੱਚ ਸਵੇਰ ਦੇ ਟਾਈਮ ਐਂਟਰ ਕੀਤਾ ਅਤੇ ਉਹਦੇ ਗਲੇ 'ਤੇ ਤੇਜ਼ ਧਾਰ ਹਥਿਆਰ ਦੇ ਨਾਲ ਵਾਰ ਕਰਦੇ ਹੋਏ ਉਹਨੂੰ ਜ਼ਖਮੀ ਕੀਤਾ ਅਤੇ ਉਹਦੇ ਲੁੱਟ ਦਾ ਜਿਹੜਾ ਹੈ ਵਾਰਦਾਤ ਨੂੰ ਅੰਜਾਮ ਦਿੱਤਾ। ਅੰਮ੍ਰਿਤਸਰ ਤੋਂ ਗੁਰਸੇਵਕ ਦੇ ਨਾਲ ਨਵਿੰਦਰਪਾਲ ਸਿੰਘ ਚਮਕ ਦੀ ਰਿਪੋਰਟ, ਚੈਨਲ 2।